ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੋਣ ਮੀਆ ਖਬਰਾਂ ਆਤਮ ਨਿਰਭਰ ਭਾਰਤ ਅਭਿਆਨ ਤਹਿਤ 2 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਹੇਠ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਅੱਜ ਢਾਂਚਾਗਤ ਸੁਧਾਰਾਂ ਦੇ ਵੇਰਵਿਆਂ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ ਨਿਰਮਲਾ ਸੀ타 ਰਮਨ ਅਨੁਸਾਰ ਸਰਕਾਰ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਲਈ ਪੂੰਜੀਕਾਰੀ ਵਿਦੌਣ ਲਈ ਨੀਤੀਗਤ ਸੁਧਾਰਾਂ ਤੇ ਸਰਕਾਰ ਵੱਲੋਂ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕੇਂਦਰ ਵੱਲੋਂ ਸ਼ਹਿਰੀ ਹਵਾਬਾਜ਼ੀ ਊर्जा ਕੋਇਲਾ ਖਣਿਜ ਅਤੇ ਰੱਖਿਆ ਸਮੇਤ ਵੱਖ-ਵੱਖ 8 ਸੈਕਟਰਾਂ ਤੇ ਫੋਕਸ ਕੀਤਾ ਜਾਵੇਗਾ। ਸਰਕਾਰ ਵੱਲੋਂ ਸਮਾਜਿਕ ਬੁਨਿਆਦੀ ਢਾਂਚੇ ਲਈ 8100 ਕਰੋੜ ਰੁਪਏ ਦਾ ਪ੍ਰਬੰਧ ਨਿਰਮਲਾ ਸੀਤਾਰਮਨ ਨੇ ਪੁਲਾੜ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਮੌਕਾ ਦੇਣ ਦਾ ਐਲਾਨ ਕੀਤਾ। ਗ੍ਰਹਿਾਂ ਦੀ ਖੋਜ ਅਤੇ ਬਾਹਰੀ ਪੁਲਾੜ ਖੇਤਰ ਵਿੱਚ ਨਿੱਜੀ ਕੰਪਨੀਆਂ ਨੂੰ ਮੌਕਾ ਦਿੱਤਾ ਜਾਵੇਗਾ। 6 ਹੋਰ ਹਵਾਈ ਅੱਡਿਆਂ ਵਿੱਚ ਪ੍ਰਾਈਵੇਟ ਪਾਈਵਾਲੀ ਲਈ ਨਿਲਾਮੀ ਹੋਵੇਗੀ। ਕੇਂਦਰ ਸਰਕਾਰ ਵੱਲੋਂ ਬੈਂਕਾਂ ਲਈ ਪੈਨਸ਼ਨਾਂ ਜਾਰੀ ਕਰਨ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਸ਼ਮਿਕ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ ਹੁਣ ਤੱਕ 14 ਲੱਖ ਪ੍ਰਵਾਸੀਆਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਤੱਕ ਪਹੁੰਚਾਇਆ ਗਿਆ ਰੇਲਵੇ ਵੱਲੋਂ ਪਿਵਕ ਵਿੱਚ ਰੋਜ਼ਾਨਾ 300 ਸ਼ਮਿਕ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ 3 ਲੱਖ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ ਹੈ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਵੱਲੋਂ ਐਲਾਨੇ ਗਏ ਆਰਥਿਕ ਪੈਕੇਜ ਵਿੱਚ ਖੇਤੀ ਅਤੇ ਸਹਾਇਕ ਤੰਦਿਆਂ ਨੂੰ ਦਿੱਤੀਆਂ ਰਿਆਇਤਾਂ ਅਤੇ ਸਕੀਮਾਂ ਲਈ ਧੰਨਵਾਦ ਕੀਤਾ ਤੇ ਰਾਸ਼ਟਰਪਤੀ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਹੋ ਰਹੀਆ ਨੇੜੇ ਇੱਕ ਸੜਕ ਹਾਦਸੇ ਦੌਰਾਨ 24 ਪ੍ਰਵਾਸੀ ਕਾਮਿਆਂ ਦੀ ਦਰਦਨਾਕ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਤਮ ਨਿਰਭਰ ਅਭਿਆਨ ਤਹਿਤ ਐਲਾਨੇ ਗਏ 2 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਵਿੱਚ ਢਾਂਚਾਗਤ ਸੁਧਾਰਾਂ ਸੰਬੰਧੀ ਵਿਸ਼ੇ ਤੇ ਅੱਜ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타 ਰਮਨ ਨੇ ਐਲਾਨ ਕੀਤੇ ਨਿਰਮਲਾ ਸੀ타 ਰਮਨ ਨੇ ਦੱਸਿਆ ਕਿ ਸਰਕਾਰ ਵੱਲੋਂ ਕੋਇਲਾ ਖਣਿਜ ਸ਼ਹਿਰੀ ਹਵਾਬਾਜ਼ੀ ਪੁਲਾੜ ਰੱਖਿਆ ਬਿਜਲੀ ਸਮੇਤ 8 ਖੇਤਰਾਂ ਵਿੱਚ ਉਤਪਾਦਨ ਸਮਰੱਥਾ ਨੂੰ ਵਧਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਉਨਾ ਕੋਇਲਾ ਸੈਕਟਰ ਵਿੱਚ ਸਰਕਾਰ ਦਾ ਇਕਾਧਿਕਾਰ ਖਤਮ ਕਰਨ ਦੀ ਗੱਲ ਕਹੀ ਵਿੱਤ ਮੰਤਰੀ ਨੇ ਦੱਸਿਆ ਕਿ ਕੋਇਲਾ ਖੇਤਰ ਵਿੱਚ ਵਿਆਪਕ ਸੁਧਾਰਾਂ ਦੀ ਯੋਜਨਾ ਹੈ ਸਰਕਾਰ ਵੱਲੋਂ 50 ਕੋਲਾ ਬਲਾਕਾਂ ਦੀ ਤੁਰੰਤ ਨਿਲਾਮੀ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਕੋਲਾ ਸੈਕਟਰ ਵਿੱਚ 50000 ਕਰੋੜ ਰੁਪਏ ਦੀ ਪੂੰਜੀਕਾਰੀ ਦੇ ਮੌਕੇ ਪੈਦਾ ਕਰਨ ਦਾ ਖੁਲਾਸਾ ਕੀਤਾ which will explain all the steps that we've taken in the recent past to make sure that investment come into this country and also make india a farmo business friendly Destination. Before I go into that, it is important for us to recall that steps which have been taken earlier have been announced variously at different times. And um, because of the lockdown and because of COVID, I think time feels like as though it's been a long time since the budget was presented. It was ਮੇਕ ਇਨ ਇੰਡੀਆ ਅਭਿਆਨ ਤਹਿਤ ਰੱਖਿਆ ਉਤਪਾਦਨ ਵਿੱਚ ਸਵੈ ਨਿਰਭਰਤਾ ਤੇ ਜ਼ੋਰ ਦਿੰਦੇ ਹਾਂ ਖਜ਼ਾਨਾ ਮੰਤਰੀ ਨੇ ਦੱਸਿਆ ਕਿ ਆਰਡੀਨੈਂਸ ਫੈਕਟਰੀ ਬੋਰਡ ਦੀ ਖੁਦਮੁਖਤਿਆਰੀ ਜਵਾਬਦੇਹੀ ਅਤੇ ਕੁਸ਼ਲਤਾ ਨੂੰ ਸੁਧਾਰਨ ਲਈ ਇਸ ਦਾ ਨਿਗਮੀਕਰਨ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਰੱਖਿਆ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ 49% ਤੋਂ ਵਧਾ ਕੇ 74% ਕੀਤਾ ਜਾਵੇਗਾ ਭਾਰਤ ਆਈ ਐਮ ਫਾਰ ਮੇਕ ਇਨ ਇੰਡੀਆ such steps are crucial and we want to make sure that efforts which have been taken Clearly, give us the confidence that Make in India, which was launched at least three years back, as an initiative to change the mindset of people, to bring in new ways of doing business, to make sure that India becomes attractive, on its strength, are all being received with. ਸ਼ੈਰੀ ਹਵਾਵਾਜ਼ੀ ਦੇ ਖੇਤਰ ਵਿੱਚ ਕੁਸ਼ਲਤਾ ਲਿਆਉਣ ਲਈ ਉਡਾਣਾ ਦੇ ਖਰਚ ਵਿੱਚ 1000 ਕਰੋੜ ਰੁਪਏ ਦੀ ਕਮੀ ਲਿਆਉਣ ਲਈ ਯੋਜਨਾ ਬਣਾਈ ਗਈ ਹੈ ਖਜ਼ਾਨਾ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਹਵਾਈ ਖੇਤਰ ਦਾ ਕੇਵਲ 60% ਹੀ ਉਪਲਬਧ ਦੇ ਜਿਸ ਨੂੰ ਵਧਾ ਕੇ ਸਾਲਾਨਾ ਖਰਚੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਉਹਨਾਂ ਨੇ ਦੱਸਿਆ ਕਿ 6 ਹੋਰ ਹਵਾਈ ਅੱਡਿਆਂ ਵਿੱਚ ਪ੍ਰਾਈਵੇਟ ਪਾਈ ਵਾਲੀ ਲਈ ਨਿਲਾਮੀ ਹੋਵੇਗੀ ਸਿਤਾਰਾਮਨ ਨੇ ਕਿਹਾ ਕਿ ਆਲਮੀ ਪੱਧਰ ਤੇ ਹਵਾਈ ਅੱਡੇ ਬਣਾਉਣ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਮਾਡਲ ਅਪਣਾਇਆ ਜਾਵੇਗਾ ਦੇਸ਼ ਦੇ 12 ਹਵਾਈ ਅੱਡਿਆਂ ਵਿੱਚ ਪਹਿਲੇ ਤੇ ਦੂਜੇ ਗੇਟ ਤਹਿਤ 13000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ Broad introductory statement. I just want to highlight the eight sectors about which we are going to talk, where reforms are being brought in coal, minerals, defense production. I read out separately the next three, although they together contribute for um, flying, airports, and also aerospace related matters. Airspace management, airports, MRO, which is maintenance, repair, and overhaul. So, those three all go over to the civil aviation area. Distribution companies in the Union territories, power distribution companies in the Union territories, space, space sector where ISRO and others have been uh, flag bearers for India, atomic energy. So, eight sectors. but i will be showing you about 10 to 12 slides all of them explaining each one of these sectors in detail nilmala sitaramanne dasa ke pulaad khetar vich niji pai wali nu utsahit kita javega ohna dasya ke niji company nu khoj takneek te hor suchna layi isro da sahyog mohaiya karwan da prabandh kita javega ਪਰਮਾਣੂ ਉर्जा ਸਬੰਧੀ ਸੁਧਾਰਾਂ ਵਿੱਚ ਵੀ ਪਬਲਿਕ ਪ੍ਰਾਈਵੇਟ ਪਾਈ ਵਾਲੀ ਮਾਡਲ ਨੂੰ ਉਤਸ਼ਾਹਿਤ ਕਰਨ ਦੀ ਗੱਲ ਆਖੀ ਗਈ ਹੈ ਖਜ਼ਾਨਾ ਮੰਤਰੀ ਨੇ ਕਿਹਾ ਕਿ ਮੈਡੀਕਲ ਸੈਕਟਰ ਵਿੱਚ ਪਰਮਾਣੂ ਇਲਾਜ ਪ੍ਰਣਾਲੀ ਲਈ ਨਿੱਜੀ ਸੈਕਟਰ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਨਾਲ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਇਲਾਜ ਸੁਖਾਲਾ ਹੋ ਸਕੇਗਾ ਕੇਂਦਰ ਸਰਕਾਰ ਦੇ ਪਰਸੋਨਲ ਮੰਤਰਾਲੇ ਮੁਤਾਬਕ ਬੈਂਕਾਂ ਵੱਲੋਂ ਪੈਨਸ਼ਨਰਾਂ ਨੂੰ ਪੈਨਸ਼ਨਾਂ ਜਾਰੀ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਅਪਣਾਏ ਗਏ ਨੇ ਮੰਤਰਾਲੇ ਵੱਲੋਂ ਇਸ ਸਬੰਧੀ ਪੈਨਸ਼ਨ ਜਾਰੀ ਕਰਨ ਵਾਲੀਆਂ ਸਾਰੀਆਂ ਬੈਂਕਾਂ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕਾਂ ਨੂੰ ਪੈਨਸ਼ਨ ਪ੍ਰੋਸੈਸਿੰਗ ਸ ਅਤੇ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਹੈ ਨਵੇਂ ਨਿਰਦੇਸ਼ਾਂ ਮੁਤਾਬਕ ਪੈਨਸ਼ਨਰ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਸਾਥੀ ਨੂੰ ਫੈਮਲੀ ਪੈਨਸ਼ਨ ਲੈਣ ਲਈ ਕੇਵਲ ਪੀਪੀਓ ਨੰਬਰ ਸੰਬੰਧੀ ਜਾਣਕਾਰੀ ਦੇਣੀ ਹੋਵੇਗੀ ਜਿਸ ਦੀ ਬੈਂਕ ਵੱਲੋਂ ਪੁਸ਼ਟੀਕਰਨ ਤੋਂ ਬਾਅਦ ਪੈਨਸ਼ਨਰ ਨੂੰ ਪਰਵਾਨਗੀ ਦਿੱਤੀ ਜਾਏਗੀ ਇਸ ਤੋਂ ਇਲਾਵਾ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰ ਜਾਂ ਫੈਮਲੀ ਪੈਨਸ਼ਨ ਲੈਣ ਵਾਲੇ ਨਵੰਬਰ ਮਹੀਨੇ ਦੀ ਬਜਾਏ ਅਕਤੂਬਰ ਵਿੱਚ ਹੀ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਣਗੇ ਨਿਰਦੇਸ਼ਾਂ ਮੁਤਾਬਕ ਬੈਂਕ ਵਿੱਚ ਸਾਂਝਾ ਖਾਤਾ ਹੋਣ ਦੀ ਸੂਰਤ ਵਿੱਚ ਪੈਨਸ਼ਨਰ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਸਾਥੀ ਨੂੰ 14 ਨੰਬਰ ਫਾਰਮ ਭਰਨ ਤੇ ਅਲੱਗ ਬੈਂਕ ਖਾਤਾ ਖੁਲਵਾਉਣ ਦੀ ਲੋੜ ਨਹੀਂ ਹੋਵੇਗੀ ਬੈਂਕਾਂ ਵੱਲੋਂ ਆਧਾਰ ਕਾਰਡ ਨਾਲ ਜੁੜੇ ਡਿਜੀਟਲ ਪ੍ਰਮਾਣ ਸਰਟੀਫਿਕੇਟ ਵੀ ਬੈਂਕਾਂ ਵੱਲੋਂ ਪ੍ਰਵਾਨ ਕੀਤੇ ਜਾਣਗੇ ਸਾਈ ਸਰੀਰਕ ਅਪੰਗਤਾ ਲਈ ਹਰੇਕ ਵਾਰੇ ਨਵਾਂ ਪ੍ਰਮਾਣ ਪੱਤਰ ਨਹੀਂ ਦੇਣਾ ਪਵੇਗਾ ਅਤੇ ਬੱਚੇ ਦੀ ਅਪੰਗਤਾ ਲਈ ਵੀ ਕੇਵਲ ਸਵੈ ਪ੍ਰਮਾਣਿਤ ਸਰਟੀਫਿਕੇਟ ਹੀ ਲਿਆ ਜਾਵੇਗਾ ਮੰਤਰਾਲੇ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਅਨੁਸਾਰ ਜੇਕਰ ਕੋਈ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਬੈਂਕ ਦੀ ਬ੍ਰਾਂਚ ਤੱਕ ਜਾ ਕੇ ਜੀਵਨ ਪ੍ਰਮਾਣ ਪੱਤਰ ਦੇਣ ਵਿੱਚ ਅਸਮਰੱਥੇ ਤਾਂ ਬੈਂਕ ਵੱਲੋਂ 60 ਰੁਪਏ ਦੇ ਮਾਮੂਲੀ ਖਰਚੇ ਤੇ ਪੈਨਸ਼ਨਰ ਨੂੰ ਇਹ ਸੁਵਿਧਾ ਘਰ ਵਿੱਚ ਮੁਹੱਈਆ ਕਰਵਾਈ ਜਾ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਭਾਰਤ ਨੂੰ ਵੈਂਟੀਲੇਟਰ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਡੋਨਲਡ 트ੰਪ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਆਪਸੀ ਸਹਿਯੋਗ ਬਹੁਤ ਗੁੜਾਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਚੰਗੇ ਮਿੱਤਰ ਨੇ। 트ੰਪ ਨੇ ਇਹ ਵੀ ਦੱਸਿਆ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੋਵਿਡ-19 ਲਈ ਵੈਕਸੀਨ ਨੂੰ ਵਿਕਸਿਤ ਕਰਨ ਤੇ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਅਮਰੀਕਾ ਭਾਰਤ ਨਾਲ ਖੜ੍ਹਾ ਹੈ ਤੇ ਕੋਰੋਨਾ ਵਾਇਰਸੀ ਰੋਗ ਥਾਮ ਲਈ ਦੋਵੇਂ ਮੁਲਕ ਨਾਲ ਮਿਲ ਕੇ ਕੰ ਟਰੰਪ ਨੇ ਟਵੀਟ ਰਾਹੀਂ ਭਾਰਤੀ ਅਮਰੀਕੀ ਵਿਗਿਆਨੀਆਂ ਤੇ ਖੋਜਾਰਥੀਆਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵੱਲੋਂ ਕੀਤੇ ਗਏ ਇਸ ਐਲਾਨ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕ ਆਪਸੀ ਸਹਿਯੋਗ ਨਾਲ ਮਹਾਮਾਰੀ ਦੀ ਰੋਕਥਾਮ ਵਿੱਚ ਲੱਗੇ ਹੋਏ ਨੇ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਆਪਸੀ ਸਬੰਧਾਂ ਵਿੱਚ ਵਧੇਰੇ ਮਜ਼ਬੂਤੀ ਆਵੇਗੀ। ਕੋਵਿਡ ਦੀ ਮਹਾਮਾਰੀ ਕਾਰਨ ਦੇਸ਼ ਵਿਆਪੀ ਲਾਕਡਾਊਨ ਦੇ ਚੱਲਦਿਆਂ ਵੱਖ-ਵੱਖ ਸੂਬਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਤੱਕ ਪਹੁੰਚਣ ਲਈ ਰੇਲਵੇ ਵੱਲੋਂ ਹੁਣ ਤੱਕ 1174 ਸ਼ਮਿਕ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ 14 ਲੱਖ ਮਜ਼ਦੂਰਾਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਤੱਕ ਪਹੁੰਚਾਇਆ ਗਿਆ ਹੈ ਇੱਕ ਰੇਲਵੇ ਅਧਿਕਾਰੀ ਅਨੁਸਾਰ ਪਿਛਲੇ 3 ਦਿਨਾਂ ਵਿੱਚ ਰੋਜ਼ਾਨਾ 2 ਲੱਖ ਮਜ਼ਦੂਰਾਂ ਨੂੰ ਸ਼ਮਿਕ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ ਉਹਨਾਂ ਦੇ ਘਰ ਪਹੁੰਚਾਇਆ ਗਿਆ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰੇਲਵੇ ਵੱਲੋਂ ਰੋਜ਼ਾਨਾ 300 ਗੱਡੀਆਂ ਰਾਹੀਂ 3 ਹੁਣ ਤੱਕ ਉੱਤਰ ਪ੍ਰਦੇਸ਼ ਲਈ ਸਭ ਤੋਂ ਵੱਧ 526 ਬਿਹਾਰ ਲਈ 269 ਅਤੇ ਮੱਧ ਪ੍ਰਦੇਸ਼ ਲਈ 81 ਸ਼ਮਿਕ ਰੇਲ ਗੱਡੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਸ਼ਮਿਕ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ ਪ੍ਰਵਾਸੀਆਂ ਨੂੰ ਮੁਫਤ ਉਹਨਾਂ ਦੇ ਘਰ ਪਹੁੰਚਾਉਣ ਲਈ ਰੇਲਵੇ ਵਿਭਾਗ ਅਤੇ ਸੂਬਾ ਸਰਕਾਰਾਂ ਵੱਲੋਂ 85:15 ਦੇ ਅਨੁਪਾਤ ਨਾਲ ਖਰਚਾ ਸਹਿਣ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਵਿਸ਼ੇਸ਼ ਸ਼ਮਿਕ ਰੇਲ ਗੱਡੀਆਂ ਦੀ ਸਮਰੱਥਾ ਵਿੱਚ ਵਿਵਾਦ ਕੀਤਾ ਗਿਆ ਹੈ ਜਿਸ ਮੁਤਾਬਕ ਪਹਿਲਾਂ 1200 ਮਜ਼ਦੂਰਾਂ ਨੂੰ ਇੱਕ ਰੇਲ ਗੱਡੀ ਰਾਹੀਂ ਲਿਜਾਇਆ ਜਾਂਦਾ ਸੀ ਜਦ ਕਿ ਹੁਣ 1700 ਮਜ਼ਦੂਰ ਸ਼ਮਿਕ ਸਪੈਸ਼ਲ ਰੇਲ ਗੱਡੀਆਂ ਵਿੱਚ ਸਫ਼ਰ ਕਰ ਸਕਦੇ ਨੇ ਜਲੰਧਾ ਰੇਲਵੇ ਸਟੇਸ਼ਨ ਤੋਂ 41ਵੀਂ ਸ਼ਮਿਕ ਐਕਸਪ੍ਰੈਸ ਰੇਲ ਗੱਡੀ ਅੱਜ 1200 ਪ੍ਰਵਾਸੀਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਬੇਤਿਆ ਲਈ ਰਵਾਨਾ ਹੋਈ ਸਫ਼ਰ ਦੇ ਖਰਚੇ ਤੋਂ ਇਲਾਵਾ ਇਨ੍ਹਾਂ ਪ੍ਰਵਾਸੀਆਂ ਨੂੰ ਖਾਣ ਪੀਣ ਦਾ ਸਮਾਨ ਵੀ ਮੁਫਤ ਮੁਹੱਈਆ ਕਰਵਾਇਆ ਗਿਆ ਪ੍ਰਵਾਸੀਆਂ ਨੂੰ ਗੱਡੀ ਵਿੱਚ ਚੜਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਦਾ ਮੁਆਇਨਾ ਕੀਤਾ ਗਿਆ ਤੇ ਸਿਰਫ ਉਨ੍ਹਾਂ ਹੀ ਪ੍ਰਵਾਸੀਆਂ ਨੂੰ ਗੱਡੀ ਵਿੱਚ ਚੜ੍ਹਨ ਦੀ ਇਜਾਜ਼ਤ ਸੀ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਵਰਗੇ ਲੱਛਣ ਮੌਜੂਦ ਨਹੀਂ ਸਨ ਮਜ਼ਦੂਰਾਂ ਨੂੰ ਇਕੱਠਾ ਤੇ ਇਕੱਠਾ ਕਰਨ ਮਗਰੋਂ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਲਿਆਂਦਾ ਗਿਆ ਜਿੱਥੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਹਨਾਂ ਨੂੰ ਵਿਦਾਇਤ ਦਿੱਤੀ ਪਰਵਾਸੀਆਂ ਨੂੰ ਲੈ ਕੇ ਸਟੇਸ਼ਨ ਤੱਕ ਛੱਡਣ ਤੇ ਅਗੋਂ ਡੱਬਿਆਂ ਵਿੱਚ ਚੜਾਉਣ ਤੱਕ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਬਕਾਇਦਾ ਪਾਲਣਾ ਕੀਤੀ ਗਈ ਪੰਜਾਬ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 2 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਵਿੱਚ ਕਿਸਾਨਾਂ ਨੂੰ ਦਿੱਤੀਆਂ ਗਈਆਂ ਵੱਡੀਆਂ ਰਾਹਤਾਂ ਤੇ ਸਕੀਮਾਂ ਦੀ ਸ਼ਲਾਘਾ ਕੀਤੀ ਹੈ। ਮੁਹਾਲੀ ਜ਼ਿਲ੍ਹੇ ਦੇ ਕਈ ਕਿਸਾਨ ਡੇਰੀ ਮਾਲਕ, ਮਧੂਮੱਖੀ ਪਾਲਕ ਅਤੇ ਖੇਤੀ ਦੇ ਹੋਰ ਸਹਾਇਕ ਤੰਦਿਆਂ ਵਿੱਚ ਲੱਗੇ ਲੋਕਾਂ ਨੇ ਇਹਨਾਂ ਰਾਹਤਾਂ ਦਾ ਸਵਾਗਤ ਕੀਤਾ ਹੈ ਤੇ ਕੋਵਿਡ ਦੇ ਇਸ ਸੰਕਟ ਕਾਰਨ ਲੀਹੋਂ ਲੱਤੀ ਆਰਥਿਕਤਾ ਨੂੰ ਮੁੜ पटरी ਤੇ ਲਿਆਉਣ ਲਈ ਸਹੀ ਕਦਮ ਦੱਸਿਆ ਹੈ। ਜ਼ਿਲ੍ਹੇ ਦੇ ਮਲਿਕਪੁਰ ਪਿੰਡ ਦੇ ਕਿਸਾਨ ਜਗਮੋਹਨ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਕਿਸਾਨਾਂ ਲਈ ਆਰਥਿਕ ਪੈਕੇਜ ਸਮੇਂ ਦੀ ਲੋੜ ਸੀ। ਮੋਦੀ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਉਹਦੇ ਵਿੱਚ ਮੋਦੀ ਸਰਕਾਰ ਨੇ 20 ਲੱਖ ਦਾ ਕਰੋੜ 20 ਲੱਖ ਕਰੋੜ ਦਾ ਪੈਕਜ ਦਿੱਤਾ ਉਹਨਾਂ ਵਾਸਤੇ ਕਿਸਾਨਾਂ ਨੂੰ ਬਹੁਤ ਉੱਪਰ ਚੁੱਕਿਆ ਜਾ ਜਾਇਗਾ ਜੋ ਕਿ ਰਾਹਤਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਆਪਣੀ ਜਿੰਸਾਂ ਵੇਚਣ ਕਿਤੇ ਵੀ ਵੇਚ ਸਕਦਾ ਕਿਸਾਨ ਜੋ ਕਿ 1 ਲੱਖ ਕਰੋੜ ਖੇਤੀ ਵਾਸਤੇ ਰੱਖਿਆ ਗਿਆ ਉਸ ਨਾਲ ਖੇਤੀ ਨੂੰ ਬਹੁਤ ਵਜੂ ਦਿੱਤੀ ਜਾ ਰਹੀ ਹੈ ਤੇ ਇਸ ਨਾਲ ਇਸ ਤਰ੍ਹਾਂ ਖੁਨੀ ਮਾਜਰਾਪਿੰਡ ਦੇ ਖੋਰ ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਲਈ ਆਪਣੀ ਜਿੰਸ ਭਾਰਤ ਵਿੱਚ ਕਿਸੇ ਵੀ ਥਾਂ ਤੇ ਵੇਚਣ ਦੀ ਖੁੱਲ੍ਹ ਦਾ ਉਹ ਸਵਾਗਤ ਕਰਦੇ ਨੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਲਈ 1 ਲੱਖ ਕਰੋੜ ਰੁਪਏ ਦੇ ਪੈਕੇਜ ਦੀ ਸ਼ਲਾਘਾ ਕੀਤੀ ਨੂੰ ਆਸਰਾ ਹੋਊਗਾ ਜੀ ਬਹੁਤ ਜ਼ਿਆਦਾ ਸਪੋਰਟ ਮਿਲੂਗੀ ਜਜਨੂੰ 10 ਹਜ਼ਾਰ ਤੋਂ ਮੂਰ ਗਰੀਬ ਬੰਦਿਆਂ ਨੂੰ ਸਾਨੂੰ ਲਭਦਾ ਕਰ ਦਿੰਦੇ ਹਨ ਅਨੁਸਾਰ ਦਿੰਦੇ ਅਸੀਂ ਆਪਣੇ ਕੋਈ ਨਾ ਕੋਈ ਕਾਰੋਬਾਰ ਗਰੀਬ ਬੰਦਾ ਰੋਟੀ ਖਾ ਸਕਦਾ ਉਹ ਜਿਸ ਤਰ੍ਹਾਂ ਮਾਰਮਾਰੀ ਚੱਲ ਰਹੀ ਹੈ ਗਰੀਬੀ ਦੀ ਕੋਈ ਸੁਣਾਈ ਨਹੀਂ ਆ ਜੀ ਕੀ ਕਰਕੇ ਮੋਦੀ ਜੀ ਨੇ ਬਹੁਤ ਵਧੀਆ ਕੰਮ ਕੀਤਾ ਕਿਸਾਨ ਜੀ ਦਾ ਬਹੁਤ-ਬਹੁਤ ਧੰਨਵਾਦ ਹੈ। ਖਰੜਦੀਆਂ ਨਾਜ ਮੰਡੀ ਵਿਚ ਆਟਤੀ ਵਜੋਂ ਕੰਮ ਕਰਦੇ ਵਿਸ਼ਾਲ ਸੂਦ ਨੇ ਵੀ ਕਿਸਾਨਾਂ ਦੀ ਆਰਥਿਕਤਾ ਸੁਧਾਰਨ ਲਈ ਪੈਕੇਜ ਵਿੱਚ ਕੀਤੇ ਗਏ ਪ੍ਰਬੰਧਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਕਈ 1 ਲੱਖ ਰੋਲ ਇਹਨਾਂ ਨੇ ਲਾਸ ਕੀਤਾ ਹੈ ਪਸ਼ੂ ਪਾਲਾ ਲਾਹੌਰ ਕਈ ਖੇਤਰਾ ਲਈ ਕਿਸਾਨਾਂ ਲਈ ਬਹੁਤ ਵਧੀਆ ਕੰਮ ਕੀਤਾ ਹੈ। ਉਹਦੇ ਨਾਲ ਹੋਰ ਵੀ ਸਬਾ ਖੇਤੀ ਦਾ ਹੋਰ ਸਾਰੇ ਕੰਮਾਂ ਨੂੰ ਮਾਦਾ ਮਿਲੇਗਾ ਤੇ ਵਧੀਆ ਕੰਮ ਚਲੇਗਾ। ਡੇਰੀ ਮਾਲਕ ਭੁਪਿੰਦਰ ਨਰਿੰਦਰ ਰਾਣਾ ਅਤੇ ਬੰਟੀ ਨੇ ਵੀ ਪਸ਼ੂ ਪਾਲਕਾਂ ਲਈ ਐਲਾਨੇ ਗਏ ਕਦਮਾਂ ਲਈ ਸਰਕਾਰ ਦਾ ਧੰਨਵਾਦ ਕੀਤਾ। ਨੋ ਸਪੈਸਿਫਿਕ ਜੋ ਡੇਰੀ ਦੇ ਲਈ ਪਸ਼ੂ ਪਾਲਣ ਵਗੈਰਾ ਦੇ ਲਈ ਜੋ ਵੀ ਰਾਇਤਾਂ ਉਹਨਾਂ ਨੇ ਅੱਗੇ ਦਿੱਤੀਆਂ ਉਹਨਾਂ ਨੇ ਹੋਰ ਲਿਮਿਟਸ ਵਗੈਰਾ ਵੀ ਕਿਸਾਨਾਂ ਦੇ ਲਈ ਬਣਾਈਆਂ ਐ ਤੇ ਡੇਰੀ ਨੂੰ ਧੰਦਾ ਇਸ ਨੂੰ ਹੋਰ ਪਤਰ ਪਰਫੁੱਲਤ ਕਰੇਗਾ ਇਹਨਾਂ ਜੋ ਰਿਕਵੈਸਟ ਸੀ ਫੇਸ ਦੇ ਲਈ ਸੀ ਧੰਨਵਾਦ ਕਰਦੇ ਮੇਰਾ ਡੈਰੀਆ ਦਾ ਮਹਿਰਾਣਾ ਡੈਰੀ ਕਰਿਆ ਮੋਦੀ ਨੇ ਪੈਕੇਜ ਜ 20 ਲੱਖ ਰੋ ਦਾ ਬਹੁਤ ਜ਼ਰਾਨਾ ਯੋਗ ਹੈ ਖਾਸ ਕਰਕੇ ਜੋ ਡੈਰੀ ਵਾਸਤੇ ਐਲਾਨ ਕਰਿਆ ਤਾਂ ਬਹੁਤ ਹੀ ਸਰਾਨਾ ਯੋਗ ਹੈ ਅਸੀਂ ਮੱਝਾਂ ਦਾ ਕੰਮ ਕਰਦੇ ਡੈਰੀ ਫਾਰਮ ਇਹ ਵਧੀਆ ਹੈ ਇਹ ਅੱਗੇ ਵਾਸਤੇ ਸਾਡੇ ਜਿਸ ਤਰ੍ਹਾਂ ਉਹ ਵੀ ਇਸ ਹੈਲਪ ਕਰਦੇ ਰਹਿਣ ਮੋਦੀ ਜੀ ਤੇ ਅਸੀਂ ਇਸਲਾਗਾ ਕਰਦੇ ਉਹਨਾਂ ਨੇ ਹਰੇਕ ਗਰੀਬ ਬੰਦੇ ਦੀ ਮਦਦ ਕੀਤੀ ਹੈ ਮੋਦੀ ਜੀ ਵੀ ਬਹੁਤ ਮਿਹਰਬਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸ਼ਰਾਬ ਤੋਂ ਮਿਲਣ ਵਾਲੇ ਮਾਲੀਏ ਨੂੰ ਖੋਰਾ ਲਾਉਣ ਵਾਲੇ ਅੰਸਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਸਬੰਧੀ ਉੱਚ ਅਧਿਕਾਰੀਆਂ ਤੋਂ ਇਲਾਵਾ ਥਾਣਾ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਸਰਕਾਰ ਨੂੰ ਛੋਟਾ ਜਿਹਾ ਕਾਟਾ ਵੀ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਦੇਮਾਇਤ ਅਕਸ਼ਰਾਬ ਦੇ ਸਮਗਰਨਾਂ ਦੀ ਪਛਾਣ ਕਰਨ ਲਈ ਕਿਹਾ ਹੈ ਡੀਜੀਪੀ ਵੱਲੋਂ ਸਖਤੀ ਨਾਲ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਵੱਲੋਂ ਕੀਤੀ ਗਈ ਅਣਦੇਖੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਟੁਕਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉੱਤਰ ਪ੍ਰਦੇਸ਼ ਦੇ ਹਰਿਆਵਿਚ ਇੱਕ ਟਰਾਲੇ ਨਾਲ ਵਾਪਰੇ ਹਾਦਸੇ ਵਿੱਚ 24 ਪ੍ਰਵਾਸੀ ਕਾਮਿਆਂ ਦੇ ਮਾਰੇ ਜਾਣ ਦੀ ਘਟਨਾ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਆਪਣੇ ਟਵੀਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਘਟਨਾ ਤੋਂ ਦੁਖੀ ਨੇ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਇਸ ਹਾਦਸੇ ਵਿੱਚ ਜ਼ਖਮੀਆਂ ਦੀ ਮਦਦ ਲਈ ਪੂਰੀ ਤਰ੍ਹਾਂ ਯਤਨ ਕਰਾਏ। ਉਨ੍ਹਾਂ ਇਸ ਦਰਦਨਾਕ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਪ ਰਾਸ਼ਟਰਪਤੀ ਐਮ ਬੈਂਕাইয়া ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੜਕ ਹਾਦਸੇ ਵਿੱਚ ਮਜ਼ਦੂਰਾਂ ਦੀ ਮੌਤ ਤੇ ਗ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਇਹ ਇਸ ਘਟਨਾ ਤੋਂ ਬੇहद ਦੁਖੀ ਨੇ ਉਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿੱਲੀ ਹਮਦਰਦੀ ਪ੍ਰਗਟ ਕੀਤੀ ਤੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉੱਤਰ ਪ੍ਰਦੇਸ਼ ਦੀ ਹਰੀਆ ਵਿੱਚ ਕੌਮੀ ਸ਼ਾਰਾ ਦੋਤੀ ਅੱਜ ਤੜਕੇ ਕੋਈ 3:30 ਵਜੇ ਚੂਨੇ ਦੀਆਂ ਬੋਰੀਆਂ ਨਾਲ ਲੱਦਿਆ ਟਰਾਲਾ ਇੱਕ ਖੜੇ ਟਰੱਕ ਨਾਲ ਟਕਰਾ ਗਿਆ ਟਰਾਲੇ ਵਿੱਚ ਚੂਨੇ ਦੀਆਂ ਬੋਰੀਆਂ ਉੱਪਰ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਬੈਠੇ ਹੋਏ ਸਨ ਜੋ ਆਪਣੇ ਘਰ ਜਾ ਰਹੇ ਸਨ ਟੱਕਰ ਹੋਣ ਤੋਂ ਬਾਅਦ ਟਰਾਲਾ ਤੇ ਟਰੱਕ ਦੋਵੇਂ ਹੀ ਪਲਟ ਗਏ ਇਸ ਹਾਦਸੇ ਵਿੱਚ 36 ਮਜ਼ਦੂਰ ਜ਼ਖਮੀ ਵੀ ਹੋਏ ਨੇ ਇਸ ਵਿੱਚ ਬੈਠੇ ਪ੍ਰਵਾਸੀ ਕਾਮੇ ਦਿੱਲੀ ਤੋਂ ਬਿਹਾਰ, ਝਾਰਖੰਡ ਤੇ ਪੱਛਮ ਬੰਗਾਲੇ ਜਾ ਰਹੇ ਸਨ ਉੱਤਰ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਆਤਵਾਦੀਆਂ ਨੇ ਪੁਲਿਸ ਦੇ ਇੱਕ ਹਵਲਦਾਰ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸ਼੍ਰੀਨਗਰ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਰੀਦਸਾਲ ਦੇ ਮੁੱਖ ਚੌਕ ਵਿੱਚ ਪੁਲਿਸ ਅਤੇ ਸੀਆਰਪੀਐਫ ਦੀ ਟੁਕੜੀ ਡਿਊਟੀ 'ਤੇ ਸੀ ਜਿਸ ਦੌਰਾਨ ਆਤਵਾਦੀਆਂ ਨੇ ਗੋਲੀ ਚਲਾ ਦਿੱਤੀ ਤੇ ਜੰਮੂ ਕਸ਼ਮੀਰ ਪੁਲਿਸ ਦਾ ਮੁਹੰਮਦ ਅਮੀਨ ਨਾਮ ਦਾ ਇੱਕ ਹਵਲਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਬਾਅਦ ਵਿੱਚ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਤੇ ਇਸੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ